ਜ਼ਿਆਦਾ ਨਹੀਂ ਕਰ ਸਕੇ ਜੀ, ਤੇ ਬਹਰਾਲ ਤੁਹਾਡੀ ਆਵਾਜ਼ ਸਾਡੀ ਰਹੀ। ਤੁਸੀਂ ਕੋਈ ਦਵਾਈ ਲੈ ਸਕਦੇ ਹੋ, ਕੋਈ ਕੋਈ ਖਾਣਾ ਖਾ ਸਕਦੇ ਹੋ, ਤੁਹਾਡੀ ਕੋਈ ਥੋੜ੍ਹੀ ਬਹੁਤ ਲੋੜ ਹੈ ਉਹ ਤੁਹਾਡੀ ਅਸੀਂ ਜਿਹੜੀ ਹੈ ਇਹਦੇ ਨਾਲ ਕੋਈ ਬਹੁਤ ਜ਼ਿਆਦਾ ਨਹੀਂ ਹੋ ਸਕੇਗਾ, ਲੇਕਿਨ ਇਹ ਹੈ ਕਿ ਸਾਡਾ ਖਲੂਸ ਸਮਝੋ, ਇਹ ਇੱਕ ਗੱਲ ਦੇ ਜੀ ਸਮਝੋ ਕਿ ਇਹ ਅਸੀਂ ਤੁਹਾਡੇ ਵਾਸਤੇ ਜੀ ਆਵਾਜ਼ ਸਾਡੀ ਜੀ ਜੀ ਇੱਥੋਂ ਦੇ ਦਿਓ। ਜੀ ਅਸੀਂ ਕੁਛ ਇਸ ਤੋਂ ਅਗਲੇ ਏਰੀਆਸ ਦੇ ਵਿੱਚ ਇਸ ਟਾਈਮ ਪਹੁੰਚੇ ਹਾਂ ਔਰ ਇੱਥੇ ਜਿਵੇਂ ਜਿਵੇਂ ਅੱਗੇ ਅਸੀਂ ਟੁਰਦੇ ਜਾਂਦੇ ਹਾਂ ਇੱਥੇ ਬਰਬਾਦੀ ਕੁਛ ਜ਼ਿਆਦਾ ਹੈ। ਮੇਰਾ ਕੈਮਰਾਮੈਨ ਤੁਹਾਨੂੰ ਦਿਖਾਏਗਾ, ਕੁਛ ਸ਼ਾਰਟਸ ਐਸੇ ਵੀ ਤੁਹਾਨੂੰ ਦਿਖਾਏਗਾ ਕਿ ਲੋਕਾਂ ਦੇ ਪੂਰੇ ਘਰ ਜਿਹੜੇ ਆ ਉਹ ਇੱਥੇ ਗਿਰ ਚੁੱਕੇ ਆ। ਇਸ ਟਾਈਮ ਅਸੀਂ ਕਿਹੜੀ ਥਾਂ 'ਤੇ ਖੜ੍ਹੇ ਹਾਂ ਔਰ ਇੱਥੋਂ ਦੇ ਅਸੀਂ ਜਾਣਦੇ ਹਾਂ ਕਿ ਇੱਥੋਂ ਦੇ ਲੋਕਾਂ ਦੀ ਕੀ ਹਾਲਤ ਹੈ। ਜੀ ਕੀ ਨਾਂ ਤੁਹਾਡਾ? ਮੇਰਾ ਨਾਂ ਆਬਿਦ ਅਲੀ ਹੈ। ਆਬਿਦ ਅਲੀ ਸਾਹਿਬ ਅਸੀਂ ਕਿਹੜੀ ਬਸਤੀ 'ਚ ਖੜੇ? ਇਹ ਡੱਗਰ ਵਾਲੀ ਬਸਤੀ ਹੈ, ਜੱਤ ਵਾਲਾ ਦੇ ਨਾਲ ਨਜ਼ਦੀਕ ਡੱਗਰ ਵਾਲੀ ਬਸਤੀ। ਹੋਰ ਇਹਦੇ ਆਸੇ ਪਾਸੇ ਮੌਜ਼ਾ ਕਚਾਲਾ ਹੈ, ਇਹਦੇ ਨਾਲ ਅੱਗੇ ਹਰਣੇ ਵਾਲੀ ਹੈ, ਨਾਲ ਬਸ਼ਕੇ ਵਾਲੀ ਹੈ, ਤਾਜੇ ਵਾਲੀ ਹੈ, ਹਸਣ ਵਾਲਾ ਹੈ। ਇਹ ਜਗ੍ਹਾ ਨੇ ਜਿਹੜੀਆਂ ਇੱਥੇ ਜ਼ਿਆਦਾ ਮੁਤਾਸਰ ਨੇ। ਤੇ ਕਿੰਨੇ ਦਿਨ ਪਹਿਲੇ ਜਿਹੜਾ ਸੈਲਾਬ ਇੱਥੇ ਆਇਆ? ਇਹ ਤਕਰੀਬਨ ਹਫ਼ਤਾ ਪਹਿਲੇ ਆਇਆ, ਪਿਛਲੇ ਬੁੱਧ ਨੂੰ ਆਇਆ। ਜੁਮਰਾਤ ਆਈ। ਠੀਕ ਹੈ ਜੀ ਜੀ ਠੀਕ ਹੈ। ਤੇ ਕੀ ਇੱਥੇ ਤੁਹਾਨੂੰ ਕਿਸੇ ਨੇ ਦੱਸਿਆ ਵੀ ਸੈਲਾਬ? ਕਿਸੇ ਨਹੀਂ ਦੱਸਿਆ, ਬਿਲਕੁਲ ਕਿਸੇ ਨਹੀਂ ਦੱਸਿਆ। ਸਾਨੂੰ ਮਤਲਬ ਪਤਾ ਲੱਗਿਆ ਤਾਂ ਅੱਧਾ ਘੰਟਾ ਪਹਿਲੇ ਪਤਾ ਲੱਗਿਆ ਸਾਡੇ ਘਰਾਂ 'ਚ ਪਾਣੀ ਪਿਆ ਹੈ। ਅਸਾਂ ਕਹੋ ਸੁਣੇ ਪਾਣੀ ਦਾ ਆਵਾਜ਼ ਸੁਣੀ ਹੈ ਅਤੇ ਬਾਹਰ ਨਿਕਲਿਆ। ਬੱਚਿਆਂ ਨੂੰ ਬੜੀ ਮੁਸ਼ਕਿਲ ਨਾਲ ਕੱਢ ਕੇ ਅਸਾਂ ਆ ਕੇ ਨਿਕਲੂ ਹੁਣ ਇੱਥੋਂ। ਮਾਲ ਸ਼ਾਲ ਸਾਡਾ ਕੁਝ ਇੱਥੇ, ਇਹ ਛੱਪਰ ਦੇ ਥੱਲੇ 3-4 ਬੱਕਰੀਆਂ ਇੱਥੇ ਮਰ ਗਈਆਂ ਨੇ, ਇਹ ਛੱਪਰ ਦੇ ਥੱਲੇ ਅਜੇ ਵੀ ਬਦਬੂ ਆ ਰਹੀ, ਅਸੀਂ ਇੱਥੇ ਰਹਿਣ ਦੇ ਕਾਬਿਲ ਨਹੀਂ। ਅਸੀਂ ਬੜੀ ਮੁਸ਼ਕਿਲ ਨਾਲ ਪਿਆ, ਇੱਕ ਖੈਮਾ ਸਾਡੇ ਭਰਾ ਨੂੰ ਕੱਲ੍ਹ, ਇਹ ਵੀ ਬੜੀ ਮੁਸ਼ਕਿਲ ਨਾਲ ਤੌਂਸੇ 'ਚ ਜਾ ਕੇ ਇਹਨੇ ਏਸੀ ਸਾਹਿਬ ਕੋਲੋਂ ਜਾ ਕੇ ਮੰਗਿਆ, ਉਹ ਮਿਲਿਆ, ਬਾਕੀ ਕੁਝ ਵੀ ਸਾਨੂੰ ਨਹੀਂ ਮਿਲਿਆ ਇੱਥੇ। ਤੁਸੀਂ ਤਾਂ ਆਪ ਉਹਨਾਂ ਦਾ ਮੋਇਨਾ ਕਰ ਸੋ, ਤੁਹਾਨੂੰ ਪਤਾ ਲੱਗ ਸੀ। ਮੈਂ ਹੁਣ ਆਖਸਾਂ ਤਾਂ ਸ਼ਾਇਦ ਉਹਦੇ ਵਿੱਚ ਅਸੀਂ ਫਰਕ ਆ ਸੀ, ਤੁਸੀਂ ਆਪ ਆਪਣੀ ਅੱਖਾਂ ਨਾਲ ਦੇਖੋ। ਕਾਫੀ ਤੁਹਾਨੂੰ ਸਾਡੀ ਕੋਈ ਸਪੋਰਟ ਕਰਨ ਆਇਆ ਨਹੀਂ ਆਇਆ, ਨਾ ਕੋਈ MPA, ਨਾ MNA, ਨਾ ਚੇਅਰਮੈਨ, ਨਾ ਨਾਜ਼ਮ, ਕੋਈ ਵੀ ਸਾਡੇ ਇਲਾਕੇ 'ਚ ਕੋਈ ਨਹੀਂ ਆਇਆ, ਨਾ ਸਾਡੀ ਕੋਈ ਦਾਦਰਾ ਸੀ। ਅਸੀਂ ਰਾਤ ਜਿਹੜੀ ਇਹ ਪਿਛਲੀ ਰਾਤ ਜਿਹੜੀ 12 ਦੇ ਵਿੱਚ ਅਸੀਂ ਗੁਜ਼ਾਰੀ, ਸਾਨੂੰ ਪਤਾ ਸਾਡੇ ਬੱਚਿਆਂ ਦਾ ਕੀ ਹਾਲ ਗੁਜ਼ਰ ਰਿਹਾ। ਸਾਡੇ ਵਾਸਤੇ ਕੋਈ ਨਹੀਂ ਆਇਆ ਇੱਥੇ ਬਿਲਕੁਲ। ਤੁਹਾਡੀ ਅਗਰ ਕੋਈ ਸਪੋਰਟ ਕਰਨਾ ਚਾਹੇ, ਸਾਡੀ ਸਪੋਰਟ ਕਰਨਾ ਚਾਹੁੰਦਾ ਤਾਂ ਕੀ ਕਰੇ? ਅੱਲਾਹ ਤਾਲਾ ਉਹਨਾਂ ਨੂੰ ਅਜਰ ਦੇਵੇ, ਸਾਡੀ ਕੋਈ 4-ਦੀਵਾਰੀ ਛੱਤ ਦਾ ਕੋਈ ਨਿਜ਼ਾਮ ਕਰੇ। ਸਾਡੇ ਵਾਸਤੇ ਬੜੀ ਮੁਸੀਬਤ ਹੈ। ਮੇਰੀ ਵਾਲਦਾ ਜਿਹੜੀ ਉਹ ਅੱਖਾਂ ਤੋਂ ਨਬੀਨਾ ਹੈ, ਉਹਨਾਂ ਦੇ ਵਾਸਤੇ ਲੈਟਰੀਨ ਦਾ ਬੜਾ ਮਸਲਾ। ਮੈਂ ਉਹਨਾਂ ਨੂੰ ਕਿਸੇ ਜਗ੍ਹਾ 'ਤੇ, ਤੁਹਾਡੇ ਸਾਹਮਣੇ ਕੋਈ ਏਰੀਆ ਹੈ ਜਿੱਥੇ ਮੈਂ ਉਹਨਾਂ ਨੂੰ ਜਾ ਕੇ ਬਿਠਾਵਾਂ? ਕੋਈ ਜਗ੍ਹਾ ਨਹੀਂ ਬਚੀ ਮੇਰੇ ਕੋਲ। ਮੇਰੇ ਨੂੰ ਪਤਾ ਮੈਂ ਆਪਣੀ ਵਾਲਦਾ ਨੂੰ ਕਿਸ ਤਰ੍ਹਾਂ ਇੱਥੇ ਰੱਖ ਰਿਹਾ। ਮੁਹੰਮਦ ਇਬਰਾਹਿਮ। ਤੁਸੀਂ ਕਿਹੜੀ ਥਾਂ ਦੇ ਰਹਿਣ ਵਾਲੇ ਹੋ? ਅਸੀਂ ਥਦਰਾਉਣ ਆਏ ਹਾਂ, ਇੱਥੇ ਹੀ ਬਸਤੀ ਦੇ ਰਹਿਣ ਵਾਲੇ। ਤੁਹਾਡੇ ਘਰ ਬਚ ਗਏ? ਘਰ ਡਿੱਗ ਗਏ। ਅੱਛਾ, ਮੈਂ ਕੁਝ ਇੱਥੇ ਇਹ ਵੀ ਦੇਖ ਰਹੀ ਹਾਂ, ਸੁਣ ਵੀ ਰਹੀ ਹਾਂ ਕਿ ਜਿਹੜੇ ਘਰ ਬਚ ਵੀ ਗਏ ਨੇ ਉਹਦੇ ਬੁਨਿਆਦਾਂ 'ਚ ਪਾਣੀ ਵੜ ਗਿਆ ਸੀ, ਬਾਂਹ ਦੇ ਕਾਬਿਲ ਨਹੀਂ ਸਰ। ਅੱਛਾ, ਉਹਦੇ ਪਿਛਲੇ ਹਿੱਸੇ ਜਿਹੜਾ ਬਾਂਹ ਦੇ ਕਾਬਿਲ ਨਹੀਂ, ਛੱਤ ਉਹ ਡਿੱਗ ਵੀ ਕੋਈ ਪਤਾ ਕੋਣ ਦੇ ਕਾਬਿਲ, ਖਤਰਾ ਹੈ ਸਾਰੇ ਹੀ ਮੈਂ ਇੱਥੇ। ਕੀ ਤੁਹਾਡੀ ਅਗਰ ਕੋਈ ਮਦਦ ਕਰਨਾ ਚਾਹੁੰਦਾ ਤਾਂ ਕੀ ਕਰੇ ਤੁਹਾਡੇ? ਸਾਡੀ ਮਦਦ ਇੱਕ ਕਮਰਾ ਬਣਾ ਦੇਵਨ ਔਰ ਬਾਂਹ ਵਾਸਤੇ ਸਾਰੇ
ਕੋਸਰ ਚੱਲ ਜਾਵੇ। ਫਿਲਹਾਲ ਤੁਹਾਡੇ ਕੋਲ ਟੈਂਟ ਵਗੈਰਾ ਹਨ? ਟੈਂਟ ਕੋਈ ਚੀਜ਼ ਕੋਈ ਚੀਜ਼ ਕੋਈ ਚੀਜ਼ ਪਹਿਲੇ ਨੰਬਰ ਤੇ ਫਿਰ ਤੁਹਾਨੂੰ ਟੈਂਟ ਚਾਹੀਦੇ ਹਨ ਕੁਝ ਦਿਨਾਂ ਲਈ। ਅਗਲੇ ਅਗਲੇ ਫੇਜ਼ ਦੇ ਵਿੱਚ ਫਿਰ ਤੁਹਾਨੂੰ ਇਹ ਹੈ ਕਿ ਤੁਹਾਨੂੰ ਕੋਈ ਘਰਾਂ ਦਾ ਉਹ ਲੋਕ ਸੋਚਣ, ਸਰਕਾਰਾਂ ਸੋਚਣ। ਜਾ ਜਾ ਸਭ ਟੈਂਟ ਦੇ ਦੇ ਮਨੋਂ ਬਿਹਤਰ ਹੈ ਕੁਝ ਬੰਦਾ ਗੁਜ਼ਾਰਾ ਕਰ। ਸਾਰਾ ਕੋਈ ਇੰਤਜ਼ਾਮ ਕੋਈ ਨਾ ਪਾਣੀ। ਮੇਰਾ ਨਾਮ ਸਰ ਜ਼ਫਰ ਇਕਬਾਲ ਹੈ। ਜ਼ਫਰ ਸਾਹਿਬ ਦੱਸੋ ਇਹ ਜਿਹੜੇ ਸੈਲਾਬ ਹੈ ਜੀ ਜੀ ਇਹ ਹਰ ਸਾਲ ਆਉਂਦਾ ਹੈ ਜਾਂ ਸਿਰਫ ਇਸ ਸਾਲ ਹੈ? ਸਾਰੇ ਇਸ ਸਾਲ ਇਹ ਸਾਡੇ ਕੋਲ ਸੈਲਾਬ ਸਰ। ਅਸਾਂ ਰਾਤ ਕੋ 2 ਵਜੇ ਸੁੱਤੇ ਪਿਆ ਸੀ, ਸਾਡਾ ਇਲਾਕਾ ਰੋਡ ਦੇ ਨਾਲ ਹੈ। ਜੂੰ ਹੀ ਪਾਣੀ ਆਏ ਪਹਿਲਾ ਇਲਾਕਾ ਸਾਡਾ ਨਿਸ਼ਾਨਾ ਚਾਹੇ, ਪਹਿਲੇ ਘਰ ਸਾਡੇ ਲੁੜਨ। ਅਸਾਂ ਛੋਟੇ ਛੋਟੇ ਬੱਚੇ ਆਪਣੇ ਲੈ ਕੇ ਅਸਾਂ ਰੋਡ 'ਤੇ ਗਏ, ਬੜੀ ਮੰਡਲ 'ਤੇ ਅਸਾਂ ਜਿਹੜਾ ਉੱਤਾਂ ਮਿਣ ਕੇ ਟਿਕਾਣਾ ਕੀਤੇ। ਰਾਤ ਕੋ 2 ਹੈ ਉੱਤੋਂ ਬਾਰਿਸ਼ ਹੈ, ਥੱਲੇ ਪਾਣੀ ਆ ਸਰ। ਅਸਾਂ ਆਪਣੀ ਮੁਸੀਬਤ ਨਾਲ ਆਪਣੇ ਨਿੱਕੇ ਬੱਚੇ ਗਏ ਕਿ ਅਸਾਂ ਰੋਡ 'ਤੇ ਗਏ, ਅਸਾਂ ਕੋ ਰੋਡ ਦੇ ਉੱਤੇ ਆਪਣਾ ਟਿਕਾਣਾ ਕੀਤੇ, ਮਾਲ ਸਾਡਾ ਲੁੜ ਗਏ, ਬੱਚੇ ਸਾਰੇ ਮਸੇ ਮਹਿਸੂਸ ਹਨ, ਦਾਣਾ ਸਾਰੇ ਉਹ ਸਾਹਮਣੇ ਬਰਬਾਦੀ ਵਾਲਾ, ਅਤੇ ਸਾਨੂੰ ਕੋਈ ਟਿਕਾਣਾ ਕੋਈ ਨਹੀਂ। ਬਿਜਲੀ ਦਾ ਨਿਜ਼ਾਮ ਤਕਰੀਬਨ 10 ਜਵਾਰਾਂ 'ਤੇ ਗਏ ਕਿ 8 ਜਵਾਰਾਂ ਖਤਮ ਹੈ, ਸਾਡਾ ਪਾਣੀ ਪੀਵਣ ਦਾ ਕੋਈ ਨਹੀਂ ਸਰ। ਇਹ ਸਾਹਮਣੇ ਦੇਖੋ ਇਹ ਪਾਣੀ ਹੈ, ਸਾਰੇ ਮੱਛਰ ਹੁੰਦੇ, ਰਾਤ ਕੋ ਸਾਡੇ ਛੋਟੇ ਛੋਟੇ ਬੱਚੇ, ਰਾਤ ਕੋ ਸਕੂਨ ਕੋਈ ਨਹੀਂ। ਮਿਹਰਬਾਨੀ ਕਰਕੇ ਜਨਾਬ ਅਪੀਲ ਕਰਨਾ ਸਾਡਾ, ਇੱਕ ਪਹਿਲੇ ਰੋਡ 'ਤੇ ਆਵਣੇ ਜੋ ਵੀ ਸਾਕੂ ਕੋਈ MPA ਜਾਂ ਮੀਡੀਆ ਕੋਈ ਆਵੇ ਸਾਨੂੰ ਚੈੱਕ ਕਰੇ ਜਾਂ ਸਾਨੂੰ। ਅਜੇ ਸਾਰੇ ਮੈਂ ਦੇਖ ਰਹੀ ਹਾਂ ਅਸੀਂ ਸਾਰੇ ਰਸਤੇ ਬੰਦ ਹਨ। ਅਸੀਂ ਜਿੱਥੋਂ ਹੋ ਕੇ ਆਇਆ ਕੋਈ 2-2.5 ਕਿਲੋਮੀਟਰ ਅਸੀਂ ਮੇਨ ਰੋਡ ਤੋਂ ਅੱਗੇ ਆਇਆ, ਔਰ ਇਹਦੇ ਵਿੱਚ ਜਗ੍ਹਾ ਜਗ੍ਹਾ ਜਿਹੜੇ ਰੋਡ ਕੱਟਿਆ ਹੋਇਆ ਹੈ ਜਾਂ ਪਾਣੀ ਦੇ ਨਾਲ ਉਸ ਨੇ ਟੁੱਟਿਆ ਹੈ, ਸੋ ਇੱਥੇ ਆਉਣ ਜਾਣ ਦਾ ਵੀ ਕੋਈ ਜਿਹੜਾ ਹੈ ਉਹ ਖਾਸ ਇੰਤਜ਼ਾਮ ਨਹੀਂ। ਔਰ ਇਹ ਪਹਿਲੀ ਪ੍ਰਾਇਰਟੀ ਜਿਹੜੀ ਇੱਥੇ ਕੋਈ ਦੇਖਣੀ ਚਾਹੀਦੀ ਹੈ ਉਹ ਇਹੀ ਹੈ ਕਿ ਇੱਥੇ ਦਾ ਕੋਈ ਪੇਸ਼ੈਂਟ ਹੈ ਉਸਨੂੰ ਲਿਜਾਣਾ ਹੈ। ਬੜੀ ਮੁਸ਼ਕਲ ਦੇ ਵਿੱਚ ਲੋਕ ਨੇ, ਇੱਕ ਤਾਂ ਉਹਨਾਂ ਦੇ ਘਰ ਗਿਰ ਗਏ, ਦੂਸਰੇ ਜਿਹੜੇ ਰਸਤੇ ਸਾਰੇ ਨੇ ਉਹ ਟੁੱਟੇ ਪਏ ਨੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਰ ਸਾਰੇ ਘਰ ਸਾਰਾ ਡਿੱਗ ਗਏ, ਪਾਣੀ ਆਪ ਸਭ ਬਰਬਾਦ ਠੀਕ ਹੈ, ਸੰਘਾ ਸਾਥ ਵੀ ਸਾਰੇ ਸੋਤਰ ਚਾਚੇ ਸੋਤਰ ਵੀ ਸਾਰੇ ਇਵੇਂ ਬਰਬਾਦ, ਇਵੇਂ ਜਿਵੇਂ ਇਹ ਹਨ ਸਾਰੇ ਇਵੇਂ ਬਰਬਾਦ ਹੈ ਪਨ ਘਰ ਸਾਰੇ ਬਿਲਕੁਲ ਬਾਹਾਂ ਟਿਕਾਣਾ ਕੋਈ ਨਹੀਂ। ਥਾਂ MNA MPA ਕੋਈ ਸਾਰੀ ਅਪੀਲ ਹੈ AC ਸਾਹਿਬ ਕੋ, ਵਜ਼ੀਰੇ ਆਲਾ ਪੰਜਾਬ ਕੋ, ਸਾਰੇ ਬੰਨ ਬਦਨ ਇਹ 8-10 ਡੈਮ ਇਕੱਠੇ ਥੇ ਤਰੁੱਟ ਕੇ ਸਾਰੇ ਨੁਕਸਾਨ ਕਰਨਾ, ਉੱਤੋਂ ਜਿਤਨਾ ਵਸਤੇ ਹਨ ਸਾਰੇ ਘਰ ਉਹ ਇਵੇਂ ਬਰਬਾਦ ਹੈ ਪਨ ਜਿਵੇਂ ਅਸਾਂ ਬਰਬਾਦ ਹੈ ਪਏ। ਘਰ ਸਾਰੇ ਵਸਤੇ ਸਾਰਾ ਚੈੱਕ ਕਰ ਸਕਦੇ ਹੋ ਕਿੰਨੇ ਦੇ ਇਵੇਂ ਖੜਾ, ਮਜ਼ਬੂਤ ਕਾਹ ਨਹੀਂ ਕਹਿੰਦੇ ਬਈ, ਸਾਰੇ ਉਲਟੇ ਉਲਟੇ ਪੁਲਟੇ ਸਾਰੇ ਥਾਇਆ ਖੜਾ, ਬਾਹਣ ਦਾ ਕੋਈ ਇੰਤਜ਼ਾਮ ਕਾਹ ਨਹੀਂ, ਤੰਬੂ ਸਭ ਕਹੀਂ ਨਹੀਂ ਮਿਲੇ, ਖਾਵਾਂ ਪੀਵਾਂ ਦਾ ਰਾਸ਼ਨ ਮੁਸਤਕਿਲ ਮਿਲਦਾ ਪਿਆ ਮੁਸਤਕਿਲ, ਉੱਥੇ ਰੋਡ 'ਤੇ ਵੀ ਨੂੰ ਤਾਂ ਇੱਥੇ ਮਹੱਲੇ ਕੋਈ ਨਹੀਂ ਲੈਣਾ ਪਿਆ ਤਾਂ ਕੋਈ ਰਸਤਾ ਸਾਰਾ ਖਰਾਬ ਹਨ, ਕਿਆ ਕਰੋ ਰੋਡ 'ਤੇ ਖੜੀਏ ਉਹ ਧਿੱਕੇ ਲੜਾਈ ਝਗੜੇ ਉੱਥੋਂ ਵੱਖਰਾ ਹਨ। ਹੁਣ ਸਾਰੇ ਬਿਰਾ ਖੜੇ ਪਰੇਸ਼ਾਨ ਹੈ, ਤਾਂ ਫਿਰ ਦੂਜੇ ਦੇ ਮੂੰਹ ਵੱਲ ਦੇ ਖੜੇ, ਕਿਆ ਕਰੋ ਕਿਆ ਥੇ ਸੀ, ਹੁਣ ਗਰੀਬ ਬੰਦਿਆਂ ਜਿਹੜਾ 8-10 ਲੱਖ ਖਰਚਾ ਤੇਨੇ ਕਹਿ ਕੇ ਤੇਨੇ ਥਾਂ। ਹੁਣ ਸਾਰੀ ਹਕੂਮਤ ਕੋ ਅਪੀਲ ਹੈ, ਮਿਹਰਬਾਨੀ ਕਰਨ ਸਭ ਕੋਈ ਬਾਹਾਂ ਦਾ ਟਿਕਾਣਾ ਬਣਾ ਦੇਵਾਂ, ਸਭ ਕੋਈ ਤੰਬੂ ਦੇਵਾਂ ਵਗੈਰਾ, ਅਸਾਂ ਬਾਹੂੰ ਜਿੱਥਾਂ ਆਪਣੇ ਬੱਚਿਆਂ ਦਾ ਕੋਈ ਸਿਰ ਲੁਕਾਉਂ। ਸਮਾਨ ਨਾ ਹੈ ਸਾਡਾ ਜੀ, ਪਰ ਸਾਡੇ ਇਲਾਕੇ 'ਚ ਬਹੁਤ ਨੁਕਸਾਨ ਥਿਆ ਪਏ, ਸਾਡਾ ਤਾਂ ਇੱਕ ਰੋਡ ਚਾਲੂ ਕਰਨ ਵੀ ਗੱਲ ਹੈ, ਸਾਡੇ ਬੱਚੇ ਬਿਮਾਰ ਹਨ, ਸਾਡੇ ਕੋਲ ਨਾ ਕੋਈ ਦਵਾਈ ਪਹੁੰਚਦੀ ਪਈ, ਨਾ ਅਸਾਂ ਬੱਚਿਆਂ ਨੂੰ ਕੋਈ ਦਵਾਈ ਨਹੀਂ ਸਕਦੇ ਹਾਂ। ਮੈਡੀਕਲ ਟੀਮਾਂ ਨਹੀਂ ਹੈ ਸਰ, ਰਸਤਾ ਨਹੀਂ ਹੈ, ਕੋਈ ਨਹੀਂ ਹੈ, ਥੋੜ੍ਹੀ ਵਾਰ ਪਹਿਲੇ ਟੀਮ ਜਾਤਲ ਦੇ ਆਈਏ, ਅਸਾਂ ਉਹਨਾਂ ਕੋਲ ਕਿ ਸਾਨੂੰ ਦਵਾਈ ਦਿਓ, ਅਸਾਂ ਉਹਨੇ ਜੇ ਅਸਾਂ ਸੈਟਿੰਗ ਕਰਨੇ ਤਿਆਰੀ ਕਰਨੇ ਵੀ ਜੱਡੇ ਸੂੰ, ਅੱਧਾ ਘੰਟਾ ਅਸਾਂ ਉਹਨਾਂ ਦੀ ਇੰਤਜ਼ਾਰ ਕੀਤੀ, ਉਹਨੇ ਤੋਂ ਸਮਾਨ ਚਾਹਤੇ ਉਹ ਰੇਤੜੇ ਵਾਲੀ ਸਾਈਡ 'ਤੇ ਲੱਗੇਗਾ, ਸਾਕੂ ਉਹਨਾਂ ਕੋਈ ਦਵਾਈ ਦਿੱਤੀ ਨੇ, ਨਾ ਸਾਡੇ ਕੋਈ ਗੱਲ ਸੁਣੀ ਨਹੀਂ ਤਾਂ ਸਰ, ਨਾ ਸਾਡੀ ਜੇਬ ਵਿੱਚ ਕੋਈ ਪੈਸਾ ਹੈ, ਨਾ ਸਾਡੇ ਕੋਲ ਕੋਈ ਦਵਾ ਹੈ ਕਿਸੇ, ਨਾ ਕੋਈ ਡਾਕਟਰ ਹਨ, ਸਾਰੇ ਘਰ ਹਨ ਹਵੇਲੀਆਂ ਡਹੇ ਗਨ, ਬਾਹਣ ਦੀ ਜਾ ਕੋ ਨਹੀਂ, ਸਾਡੇ ਉਡੋ ਵੱਡੇ ਫਿਰਾ ਦਾ ਘਰ ਥੋੜ੍ਹਾ ਜਿਹਾ ਬਚ ਗਿਆ, ਹਵੇਲੀ ਡਹਿ ਗਈ, ਸਾਰੇ ਬਾਲ ਉੱਥਾਂ ਸਰ, ਮਿਹਰਬਾਨੀ ਕਰਨ ਸਾਨੂੰ ਕੋਈ ਕਮਰਾ ਜਿਹੜਾ ਕੋਈ ਉੱਚੀ ਜਗ੍ਹਾ ਤੇ ਕੋਈ ਉਹ ਬੱਚੇ, ਹਾਂ ਉਹ ਬੱਚੇ ਫਿਰਾ ਦਾ ਉਥੋਂ ਬਾਲ ਉਥਾਂ ਗਏ ਨਹੀਂ ਗਏ, ਮਾਲ ਉਥਾਂ ਗਏ ਨਹੀਂ ਗਏ ਸਰ, ਸਾਰੇ ਘਰ ਬਾਣ ਦੀ ਜਾ ਕੋ ਨਹੀਂ ਦੇ, ਮਿਹਰਬਾਨੀ ਕਰਨ ਸਾਨੂੰ ਕੋਈ ਸ਼ਫਕਤ ਹਿੰਦੀ ਹੈ ਤਾਂ ਕਿਤੇ ਵੀ ਨਹੀਂ। ਅੱਛਾ ਸੀ, ਤੁਹਾਡੇ ਲਈ ਇੱਕ ਤੇ ਹੈ ਕਿ ਤੁਹਾਡੀ ਆਵਾਜ਼ ਬਣਨ ਲਈ, ਤੁਸੀਂ ਸਾਡੇ ਸੱਕੇ ਬਾਈ ਹੋ, ਅਸੀਂ ਇੱਕੇ ਧਰਤੀ ਦੇ ਜੰਮ ਪਲ ਹਾਂ, ਔਰ ਤੁਹਾਡੀ ਤਕਲੀਫ ਸਾਨੂੰ ਬਹੁਤ ਜ਼ਿਆਦਾ ਹੈ, ਔਰ ਉਹਦੇ ਵਿੱਚ ਜਿਹੜਾ ਸਰਕਾਰਾਂ ਦਾ ਇੱਕ ਹੈ
ਰੋਲ ਉਹ ਉਸ ਤਰੀਕੇ ਦੇ ਨਾਲ ਰੋਲ ਪਲੇਅ ਨਹੀਂ ਹੋਇਆ ਕਿਉਂਕਿ ਸਾਰੀਆਂ ਪੋਲੀਟੀਕਲ ਪਾਰਟੀਜ਼ ਨੂੰ ਆਪਣੀ ਆਪਣੀ ਪਈ ਹੋਈ ਹੈ ਔਰ ਚਾਹੀਦਾ ਇਹ ਸੀ ਕਿ ਇਸ ਵੇਲੇ ਸਾਰੀਆਂ ਜਿਤਨੀਆਂ ਸਿਆਸਤਾਂ ਹਨ ਉਹਨਾਂ ਨੂੰ ਛੱਡ ਕੇ ਇਹ ਲੋਕ ਜਿਹੜੇ ਇਫੈਕਟਡ ਹਨ ਔਰ ਬਹੁਤ ਬੁਰੀ ਤਰ੍ਹਾਂ ਇਫੈਕਟਡ ਹਨ ਇਹਨਾਂ ਵਾਸਤੇ ਕੋਈ ਪਲੈਨ ਕੀਤੀ ਜਾਂਦੀ ਔਰ ਸਾਰੀਆਂ ਪੋਲੀਟੀਕਲ ਪਾਰਟੀਜ਼ ਭਲੇ ਅਪੋਜੀਸ਼ਨ ਦੇ ਵਿੱਚ ਹਨ ਭਲੇ ਹਕੂਮਤ ਦੇ ਵਿੱਚ ਹਨ ਉਹਨਾਂ ਨੂੰ ਇਹਨਾਂ ਦਾ ਸੋਚਣਾ ਚਾਹੀਦਾ ਸੀ ਕਿਉਂਕਿ ਇੱਥੇ ਆ ਕੇ ਅਗਰ ਅਸੀਂ ਦੇਖੀਏ ਇਸ ਵੇਲੇ ਪਾਣੀ ਇੱਥੋਂ ਜਿਹੜਾ ਹੈ ਉਹ ਥੱਲੇ ਲੱਥ ਗਿਆ ਹੈ ਲੇਕਿਨ ਇਹ ਜਿਹੜੀ ਬਰਬਾਦੀ ਹੈ ਉਹ ਇੱਥੇ ਛੱਡ ਗਿਆ ਹੈ ਸੋ ਇਹਨਾਂ ਨੂੰ ਆਪਣੇ ਘਰ ਵਸਾਉਣ ਲਈ ਇਹਨਾਂ ਨੂੰ ਸਾਰੇ ਇਹਨਾਂ ਨੂੰ ਸਾਲ ਲੱਗ ਜਾਣਗੇ ਅਗਰ ਲੋਕ ਇਹਨਾਂ ਦੀ ਮਦਦ ਨਹੀਂ ਕਰਨਗੇ ਸਰਕਾਰ ਮਦਦ ਨਹੀਂ ਕਰਨਗੀ ਤਾਂ ਇਹਨਾਂ ਵਾਸਤੇ ਬਹੁਤ ਜ਼ਿਆਦਾ ਇੱਥੇ ਮੁਸ਼ਕਲ ਹੈ ਸੋ ਤੁਸੀਂ ਜਿੱਥੇ ਵੀ ਬੈਠੇ ਹੋ ਦੁਨੀਆ ਦੇ ਵਿੱਚ ਇਹਨਾਂ ਦੇ ਨੰਬਰ ਵੀ ਅਸੀਂ ਬੋਲ ਰਹੇ ਹਾਂ ਤੁਸੀਂ ਸਾਡੇ ਨਾਲ ਕੰਟੈਕਟ ਕਰਨਾ ਚਾਹੋ ਸਾਡੇ ਚੈਨਲ ਰਾਹੀਂ ਤੁਸੀਂ ਸਾਡੇ ਕੰਟੈਕਟ ਕਰ ਸਕਦੇ ਹੋ ਔਰ ਇਹਨਾਂ ਦਾ ਮੇਰੀ ਜਿਹੜੀ ਖਾਹਿਸ਼ ਹੈ ਮੇਰੀ ਅਪੀਲ ਹੈ ਕਿ ਤੁਸੀਂ ਲਾਜ਼ਮੀ ਰਾਬਤਾ ਕਰੋ ਇੱਥੋਂ ਦੇ ਜਿਹੜੇ ਸਮਾਜੀ ਵਰਕਰ ਹਨ ਜਿਸ ਤਰੀਕੇ ਦੇ ਨਾਲ ਪਹਿਲੇ ਮੈਂ ਗੱਲ ਕਰਵਾਈ ਜਵੇਦ ਸਾਹਿਬ ਉਹਨਾਂ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ ਹੋਰ ਜਿਹੜੇ ਲੋਕ ਕੰਮ ਕਰ ਰਹੇ ਨੇ ਉਹਨਾਂ ਨਾਲ ਪਲੀਜ਼ ਰਾਬਤਾ ਕਰੋ ਔਰ ਇਹ ਜ਼ਰੂਰੀ ਹੈ ਪੰਜਾਬੀ ਪ੍ਰਚਾਰ ਟੀ ਵੀ ਵੱਲੋਂ ਪੰਜਾਬੀ ਪ੍ਰਚਾਰ ਆਰਗਨਾਈਜੇਸ਼ਨ ਦੇ ਜਿਹੜੇ ਕੋਈ ਅਸੀਂ ਦੋਸਤ ਸੀ ਉਹਨਾਂ ਨੇ ਕੁਛ ਆਪਣੇ ਤੌਰ 'ਤੇ ਥੋੜ੍ਹਾ ਬਹੁਤ ਜਿਹੜੀ ਹੈ ਉਹ ਕੋਈ ਬਹੁਤ ਜ਼ਿਆਦਾ ਨਹੀਂ ਹੈ ਇਸ ਚੀਜ਼ ਦਾ ਸਾਨੂੰ ਇੱਥੇ ਆ ਕੇ ਅਹਿਸਾਸ ਹੋਇਆ ਹੈ ਕਿ ਸਾਨੂੰ ਬਹੁਤ ਜ਼ਿਆਦਾ ਇਹਦੇ 'ਤੇ ਕੁਛ ਕਰਨਾ ਚਾਹੀਦਾ ਸੀ ਤਾਰਕ ਜਟਾਲਾ ਸਾਹਿਬ ਸਾਡੇ ਨਾਲ ਹਨ ਮੈਂ ਤਾਰਕ ਸਾਹਿਬ ਅਸੀਂ ਜੋ ਕਰ ਸਕਦੇ ਹਾਂ ਉਹ ਪਲੀਜ਼ ਹੈਲਪ ਅਸੀਂ ਕਰ ਦੇਈਏ ਦੋਸਤਾਂ ਦੀ ਅਗਰ ਤੁਸੀਂ ਮੈਨੂੰ ਦਿਓ ਜੀ ਜੀ ਤੇ ਬਹਰਾਲ ਤੁਹਾਡੀ ਆਵਾਜ਼ ਤੁਸੀਂ ਕੋਈ ਦਵਾਈ ਲੈ ਸਕਦੇ ਹੋ ਕੋਈ ਕੋਈ ਖਾਣਾ ਖਾ ਸਕਦੇ ਹੋ ਤੁਹਾਡੀ ਕੋਈ ਥੋੜ੍ਹੀ ਬਹੁਤ ਜਿਹੜੀ ਲੋੜ ਹੈ ਉਹ ਤੁਹਾਡੀ ਅਸੀਂ ਜਿਹੜੀ ਹੈ ਇਹਦੇ ਨਾਲ ਕੋਈ ਬਹੁਤ ਜ਼ਿਆਦਾ ਨਹੀਂ ਹੋ ਸਕੇਗਾ ਲੇਕਿਨ ਇਹ ਹੈ ਕਿ ਸਾਡਾ ਖਲੂਸ ਸਮਝੋ ਇਹ ਇੱਕ ਘਰ ਦੇ ਜੀ ਸਮਝੋ ਕਿ ਇਹ ਅਸੀਂ ਤੁਹਾਡੇ ਵਾਸਤੇ ਜੀ ਆਵਾਜ਼ ਸਾਡੀ ਜੀ ਜੀ ਇੱਥੋਂ ਦੇ ਦਿਓ ਪਲੀਜ਼।